ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਆ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੁਸਤਾਨ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਦੀਵਾਲੀ ਦੇ ਪਰਬ ਨੂੰ ਮਨਾਉਂਦੇ ਨੇ, ਉਹਦੇ ਵਿੱਚ ਸਿੱਖ ਵੀ ਸ਼ਾਮਿਲ ਹੈ। ਬੇਸ਼ੱਕ ਮਨਾਉਣ ਦਾ ਕਾਰਨ ਹੋਰ ਦੱਸਿਆ ਜਾਂਦਾ, ਖੈਰ ਉਹ ਅਲੱਗ ਵਿਸ਼ਾ ਹੈ। ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਤਿਉਹਾਰ ਹੈ ਦੀਵਾਲੀ, ਜਿਹਦੇ ਚਿਰਾਂ ਤੋਂ ਉਡੀਕ ਕਰਦਾ ਹੈ ਬੰਦਾ, ਸਾਫ ਸਫਾਈਆਂ ਕਰਦੇ ਨੇ ਘਰਾਂ ਦੀਆਂ, ਹੋਰ ਕਈ ਕੰਮ ਦੀਵਾਲੀ 'ਤੇ ਕੀਤੇ ਜਾਂਦੇ ਨੇ। ਅਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਜੋ ਮੈਂ ਆਪ ਸੰਗਤ ਦੇ ਨਾਲ ਸਾਂਝੀ ਕਰਨਾ ਚਾਹੁੰਦਾ, ਅਤੇ ਮੈਂ ਸੋਚਦਾ ਬੜੀ ਲਾਜ਼ਮੀ ਅਤੇ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਇਹ, ਇਹਦੇ ਨਾਲ ਇੱਕ ਤਿਉਹਾਰ ਹੋਰ ਮਨਾਇਆ ਜਾਂਦਾ ਵਿਸ਼ਵਕਰਮਾ ਦਾ, ਉਹਨੂੰ ਵਿਸ਼ਵਕਰਮਾ ਦਿਵਸ ਕਿਹਾ ਜਾਂਦਾ ਹੈ। ਕੋਈ ਮਨਾਏ ਮੁਬਾਰਕ ਹੈ, ਕੋਈ ਉਸ ਤਿਉਹਾਰ ਨੂੰ ਮੰਨੇ ਮੁਬਾਰਕ ਹੈ, ਪਰ ਜਦੋਂ ਗੁਰੂ ਨਾਨਕ ਦਾ ਸਿੱਖ ਵਿਸ਼ਵਕਰਮਾ ਦੇ ਨਾਮ ਦੇ ਉੱਤੇ ਉਸ ਤਿਉਹਾਰ ਨੂੰ ਮਨਾਉਂਦਾ ਹੈ, ਉਸ ਦੇਵਤੇ ਦੀ ਪੂਜਾ ਕਰਦਾ ਹੈ, ਮਾਫ਼ ਕਰਿਆ ਜੇ, ਉਦੋਂ ਗੁਰੂ ਨਾਨਕ ਦੇ ਉਸ ਸਿਧਾਂਤ ਨੂੰ ਕਿਤੇ ਨਾ ਕਿਤੇ ਅਸੀਂ ਫਿੱਕਾ ਪਾ ਰਹੇ ਹਾਂ। ਕਿਹੜਾ? ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਜਿੱਥੇ ਸਤਿਗੁਰ ਨੇ ਕਿਹਾ ਸੀ ਗੁਰਬਾਣੀ ਵਿੱਚ, ਹਉ ਤੋ ਏਕ ਰਮਈਆ ਲੈ ਹੋ, ਆਣ ਦੇਵ ਬਦਲਾਵਣ ਦੇ ਹੋ, ਕਿ ਭਾਈ ਮੈਂ ਕਿਸੇ ਦੇਵੀ ਦੇਵਤੇ ਦਾ ਪੁਜਾਰੀ ਨਹੀਂ, ਮੈਂ ਇੱਕ ਨਿਰੰਕਾਰ ਦਾ ਪੁਜਾਰੀ ਹਾਂ। ਅਤੇ ਫਿਰ ਉੱਥੇ ਵਿਸ਼ਵਕਰਮਾ ਨੂੰ ਪੂਜ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ ਹਾਂ? ਕਿ ਗੁਰੂ ਨਾਨਕ ਜੀ ਅਸੀਂ ਤੁਹਾਡੀ ਵਿਚਾਰਧਾਰਾ ਨਹੀਂ ਮੰਨ ਰਹੇ, ਬਾਬਾ ਨਾਨਕ ਅਸੀਂ ਤੁਹਾਡੀ ਵਿਚਾਰਧਾਰਾ ਦੇ ਪਹਿਰੇਦਾਰ ਨਹੀਂ। ਮਾਫ਼ ਕਰਿਆ ਜੇ, ਆਹ ਪਿਛਲੇ ਆ ਕੱਲ੍ਹ ਦੀ ਹੀ ਗੱਲ ਹੈ, ਬਕਾਇਦਾ ਪੋਸਟਰ ਆਇਆ ਅਤੇ ਉੱਥੇ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ। ਭਾਈ ਕਾਹਦੀ ਗੁਰਮਤਿ? ਗੁਰਮਤਿ ਤਾਂ ਕਹਿੰਦੀ ਕਿ ਦੇਵੀ ਦੇਵਤਾ ਨੂੰ ਪੂਜਣਾ ਨਹੀਂ, ਇਹ ਕਾਹਦੀ ਗੁਰਮਤਿ? ਇਸ ਨਿਗਾਰ ਵਿੱਚ ਅਸੀਂ ਜਾ ਰਹੇ ਹਾਂ ਜੋ ਬਾਬੇ ਸਿਧਾਂਤ ਦਿੱਤਾ ਉਹਨੂੰ ਨਹੀਂ। ਸਿੱਖ ਇੱਕ ਨਿਰੰਕਾਰ ਦਾ ਪੁਜਾਰੀ ਹੈ, ਕਿਸੇ ਵਿਸ਼ਵਕਰਮਾ ਦਾ ਨਹੀਂ। ਸਿੱਖੋ, ਸਾਡਾ ਸੰਬੰਧ ਨਹੀਂ ਵਿਸ਼ਵਕਰਮਾ ਦਿਵਸ ਦੇ ਨਾਲ। ਦੂਸਰੀ ਗੱਲ, ਹੁਣ ਦੀਵਾਲੀ ਦੇ ਤਿਉਹਾਰ ਦੇ ਉੱਤੇ ਅਸੀਂ ਸਾਰੇ ਜਾਣਦੇ ਹਾਂ ਹਜ਼ਾਰਾਂ ਦਾ ਖਰਚਾ ਇੱਕ ਇੱਕ ਇਨਸਾਨ ਕਰਦਾ ਹੈ, ਪਟਾਖੇ ਚਲਾਏ ਜਾਂਦੇ ਨੇ, ਮਠਿਆਈਆਂ ਵੰਡੀਆਂ ਜਾਂਦੀਆਂ ਨੇ, ਚੰਗੇ ਕੱਪੜੇ ਆਪਣੇ ਤਨ 'ਤੇ ਪਾਏ ਜਾਂਦੇ ਨੇ। ਹੁਣ ਵੇਖਿਆ ਜੇ ਦੋ ਤਰੀਕੇ ਦੇ ਲੋਕ ਨੇ, ਇੱਕ ਤਾਂ ਉਹ ਵੀ ਜਿਹਦੇ ਕੋਲ ਸੁਰਮਾਇਆ ਹੈ, ਜਿਹੜਾ ਆਪਣੇ ਬੱਚਿਆਂ ਨੂੰ ਹਜ਼ਾਰਾਂ ਦੇ ਪਟਾਕੇ, ਮਿਠਾਈਆਂ, ਚੰਗੇ ਕੱਪੜੇ ਲਿਆ ਕੇ ਦੇ ਰਿਹਾ ਹੈ, ਅਤੇ ਇੱਕ ਪਾਸੇ ਉਹ ਗਰੀਬ ਹੈ ਜਿਹਦੇ ਘਰ ਦੇ ਵਿੱਚ ਜਗਾਉਣ ਵਾਸਤੇ ਇੱਕ ਦੀਵਾ ਵੀ ਨਹੀਂ, ਇੱਕ ਪਾਸੇ ਉਹ ਅਮੀਰ ਹੈ ਜਿਹਦੇ ਘਰ ਦੇ ਵਿੱਚ ਬਹੁਤ ਹੀ ਮਹਿੰਗੀਆਂ ਲਾਈਟਾਂ ਜਗ ਰਹੀਆਂ ਨੇ, ਇੱਕ ਉਹ ਗਰੀਬ ਹੈ ਜਿਹਦੀ ਲਾਲਟਨ ਦੇ ਵਿੱਚ ਤੇਲ ਵੀ ਨਹੀਂ, ਇੱਕ ਪਾਸੇ ਉਹ ਅਮੀਰ ਹੈ ਜਿਹਦੇ ਬੱਚੇ ਮਠਿਆਈਆਂ ਖਾ ਰਹੇ ਨੇ, ਇੱਕ ਪਾਸੇ ਉਹ ਵੀ ਜਿਹਦੇ ਪੇਟ ਵਿੱਚ ਪੈਣ ਦੇ ਲਈ ਇੱਕ ਦਾਣਾ ਵੀ ਨਹੀਂ। ਹੁਣ ਕਦੀ ਧਿਆਨ ਦਿਆ ਜੇ, ਜਦੋਂ ਉਹ ਸਾਡੇ ਵਰਗਿਆਂ ਵੱਲ ਜਿਹੜੇ ਇੱਕ ਮੂਰਖਤਾਈ ਵਿੱਚ ਆ ਕੇ ਹਜ਼ਾਰਾਂ ਦੇ ਪਟਾਕੇ ਫੂਕ ਰਹੇ ਨੇ, ਅੱਗ ਲਾ ਰਹੇ ਨੇ ਸਿੱਧੀ ਜੀ ਗੱਲ ਕਾਂ ਪੈਸੇ ਨੂੰ, ਉਹ ਜਦੋਂ ਸਾਡੇ ਵੱਲ ਵਹਿੰਦਾ ਹੋਏਗਾ ਅਤੇ ਰੱਬ ਨੂੰ ਇੱਕ ਗੱਲ ਕਹਿੰਦਾ ਹੋਏਗਾ ਨਾ ਕਿ ਪਰਮਾਤਮਾ ਜੀ ਕਿਆ ਕਮਾਲ ਕੀਤਾ ਤੁਸੀਂ, ਉਹਦੇ ਘਰ ਦੇ ਵਿੱਚ ਬਹੁਤ ਹੀ ਕੀਮਤੀ ਪਦਾਰਥ ਆ ਗਏ ਨੇ, ਉਹਦੇ ਘਰ ਦੇ ਵਿੱਚ ਬੜੇ ਕੀਮਤੀ ਕੱਪੜੇ ਪਾਏ ਗਏ ਨੇ, ਰੱਬ ਜੀ ਮੇਰੇ ਇਹਨੇ ਬੱਚਿਆਂ ਨੇ ਕੀ ਗੁਨਾਹ ਕੀਤਾ ਸੀ, ਇਹਨਾਂ ਦੇ ਤਨ ਢੱਕਣ ਵਾਸਤੇ ਕੱਪੜੇ ਵੀ ਨਹੀਂ, ਉਹਦੇ ਘਰ ਵਿੱਚ ਤਾਂ ਲਾਈਟਾਂ ਬੜੀਆਂ ਕਮਾਲ ਦੀਆਂ ਜਗ ਰਹੀਆਂ ਨੇ, ਰੱਬ ਜੀ ਮੈਂ ਹਨੇਰੇ ਵਿੱਚ ਬੈਠਾ, ਮੇਰੇ ਘਰ ਲਾਲਟਨ ਵਿੱਚ ਪਾਉਣ ਵਾਸਤੇ ਤੇਲ ਤੱਕ ਨਹੀਂ। ਹਿਰਦਾ ਵਿਲੋਂਦਰਿਆ ਨਹੀਂ ਜਾਂਦਾ? ਇੱਕ ਦਰਦ ਨਹੀਂ ਪੈਦਾ ਹੁੰਦਾ ਕਿ ਕੁਝ ਸਾਡਾ ਫਰਜ਼ ਸੀ? ਮਾਫ਼ ਕਰਿਆ ਜੇ, ਸਿੱਖ ਖਵਾਉਣਾ ਬਹੁਤ ਸੌਖਾ, ਪਰ ਗੁਰੂ ਨਾਨਕ ਦੀ ਸਿੱਖੀ ਕਮਾਉਣੀ ਬਹੁਤ ਔਖੀ ਹੈ। ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ,
ਗਲੀ ਅੱਤ ਭੀੜੀ। ਸਤਿਗੁਰ ਕਹਿੰਦੇ ਨੇ, ਕਹਿੰਦੇ ਭਾਈ ਇਹ ਬੜਾ ਭੀੜਾ ਰਸਤਾ ਹੈ, ਇੱਥੇ ਸਿਰ ਧਰ ਦੀ ਬਾਜ਼ੀ ਲਾਉਣੀ ਪੈਗੀ, ਆਪਣੀਆਂ ਇੱਛਾਵਾਂ ਤਿਆਗਣੀਆਂ ਪੈਣਗੀਆਂ। ਤਾਂ ਹੁਣ ਕਦੀ ਵੇਖਿਆ ਜੇ ਨਿੱਤ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ, ਪਵਨ ਨੂੰ ਗੁਰੂ ਮੰਨਣ ਵਾਲਾ ਸਿੱਖ ਦੀਵਾਲੀ ਦੀ ਰਾਤ ਨੂੰ ਹਜ਼ਾਰਾਂ ਦੇ ਪਟਾਕੇ ਫੂਕ ਕੇ ਪ੍ਰਦੂਸ਼ਣ ਕਰਕੇ ਉਸ ਪਵਨ ਨੂੰ ਗੰਧਲਾ ਕਰ ਰਿਹਾ। ਗੁਰਬਾਣੀ ਦੇ ਪਹਿਰੇਦਾਰ ਤੇ ਨਾ ਹੋਏ ਨਾ ਅਸੀਂ, ਨਹੀਂ ਗੁਰਬਾਣੀ ਉੱਤੇ ਪਹਿਰਾ ਦਿੱਤਾ ਤੇ ਮਾਫ ਕਰਿਆ ਜੇ ਮੈਨੂੰ, ਅਸੀਂ ਕਿੰਨੇ ਸਵਾਰਥੀ ਹੋ ਗਏ, ਆਪਣਾ ਸੋਚਿਆ ਸਿਰਫ, ਕਦੀ ਇਸ ਗੱਲ ਉੱਤੇ ਵਿਚਾਰ ਕੀਤੀ ਕਿ ਜੇ ਹਜ਼ਾਰਾਂ ਦੇ ਪਟਾਕੇ ਅਸੀਂ ਫੂਕ ਰਹੇ ਹਾਂ, ਓਏ ਉਹਨਾਂ ਹਜ਼ਾਰਾਂ ਨੂੰ ਕਿਸੇ ਗਰੀਬ ਲੋੜਵੰਦ ਦੇ ਲੇਖੇ ਲਾ ਦਿੱਤਾ ਜਾਏ ਤੇ ਉਹਦੇ ਘਰ ਵਿੱਚ ਖੁਸ਼ੀਆਂ ਆ ਸਕਦੀਆਂ ਨੇ। ਸਿੱਖਾ ਜਿਹੜਾ ਦੀਵਾਲੀ ਤੇ ਦੀਵਾ ਜਗਾ ਰਿਹਾ ਹੈ ਨਾ ਤੂੰ, ਉਸ ਦੀਵੇ ਦੇ ਵਿੱਚ ਸੱਚ ਜਾਣੀ ਚੇਤੇ ਰੱਖੀ, ਉਹਦੇ ਦੀਵੇ ਵਿੱਚ ਪੈਣ ਵਾਲਾ ਤੇਲ ਚੰਦ ਕੁ ਘੰਟਿਆਂ ਦੇ ਬਾਅਦ ਉਹ ਮੁੱਕ ਜਾਏਗਾ, ਉਹਦੀ ਬੱਤੀ ਸੜ ਜਾਏਗੀ, ਅੱਗ ਬੁੱਝ ਜਾਏਗੀ, ਪਰ ਯਤਨ ਕਰ ਜਿਹੜਾ ਦੀਵਾ ਤੂੰ ਉਹਨਾਂ ਗਰੀਬਾਂ ਦੇ ਘਰ ਜਗਾਏਗਾ ਆਪਣੇ ਇਸ ਫਜ਼ੂਲ ਖਰਚੇ ਨੂੰ ਤਿਆਗ ਕੇ, ਸੱਚ ਜਾਣੀ ਉਹ ਦੀਵਾ ਤੇਰੇ ਨਾਮ ਨੂੰ ਰੋਸ਼ਨ ਕਰੇਗਾ, ਉਹ ਗਰੀਬ ਦੁਆ ਕਰੇਗਾ ਤੇਰੇ ਲਈ। ਉਹ ਰੱਬ ਦਾ ਕੋਈ ਭਲਾ ਇਨਸਾਨ ਆਇਆ ਸੀ ਮੇਰੇ ਘਰ ਨੂੰ, ਉਹ ਰੋਸ਼ਨ ਕਰ ਗਿਆ, ਖੁਸ਼ੀਆਂ ਵੰਡ, ਖੁਸ਼ੀਆਂ ਦੇ ਦੀਵੇ ਜਗਾਈਏ, ਕੀ ਰੱਖਿਆ ਇਹੋ ਜਿਹੇ ਫਜ਼ੂਲ ਖਰਚਿਆਂ ਦੇ ਵਿੱਚ। ਮਾਫ ਕਰਿਆ ਜੇ ਗੁਰੂ ਨਾਨਕ ਨੇ ਆਹ ਨਹੀਂ ਸਿਖਾਇਆ ਸਾਨੂੰ ਕਿ ਇਸ ਤਰੀਕੇ ਦੇ ਨਾਲ ਅਸੀਂ ਤਿਉਹਾਰਾਂ ਨੂੰ ਮਨਾਈਏ। ਇਹ ਤਰੀਕਾ ਗੁਰਮਤ ਦਾ ਨਹੀਂ, ਗੁਰਮਤ ਤੇ ਕਹਿੰਦੀ ਤੈ ਨਰ ਕਿਆ ਪੁਰਾਣ ਸੁਣਕੀਨਾ, ਆਨ ਭਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦਿਨਾ। ਗੁਰੂ ਏਦਾਂ ਖੁਸ਼ ਹੋਏਗਾ ਹਜ਼ਾਰਾਂ ਦੇ ਪਟਾਕੇ ਫੂਕ ਕੇ, ਉਹ ਕਿਸੇ ਗਰੀਬ ਦੇ ਘਰ ਵਿੱਚ ਆਓ ਦੀਵਾ ਜਗਾਈਏ, ਜਿਹੜਾ ਨਿਆਰਾ ਪਾਣੀ ਉਹਨੂੰ ਕਾਇਮ ਰੱਖੀਏ, ਇੱਕ ਨਵੀਂ ਪਿਰਤ ਪਾਈਏ, ਇੱਕ ਪ੍ਰਣ ਕਰੀਏ ਅੱਜ ਸਤਿਗੁਰ ਦੇ ਦਰ ਦੇ ਉੱਤੇ, ਦਾਤਿਆ ਤੇਰੇ ਦਰ ਤੇ ਅੱਜ ਪ੍ਰਣ ਕਰਕੇ ਜਾਂਦੇ ਹਾਂ, ਇਸ ਦੀਵਾਲੀ ਪਟਾਕੇ ਨਹੀਂ ਚਲਾਵਾਂਗੇ, ਉਹਨਾਂ ਗਰੀਬਾਂ ਦੇ ਘਰਾਂ ਵਿੱਚ ਜਾ ਕੇ ਅੰਨ ਦੇ ਕੇ ਆਵਾਂਗੇ, ਉਹਨਾਂ ਗਰੀਬਾਂ ਦੇ ਘਰਾਂ ਵਿੱਚ ਖੁਸ਼ੀ ਵੰਡ ਕੇ ਆਵਾਂਗੇ, ਉਹਨਾਂ ਗਰੀਬਾਂ ਦੇ ਬੱਚਿਆਂ ਦੇ ਚਿਹਰੇ 'ਤੇ ਮੁਸਕਾਨ ਲਿਆਵਾਂਗੇ, ਇੱਕ ਦੀਵਾ ਉਹਨਾਂ ਦੇ ਘਰਾਂ ਵਿੱਚ ਜਗਾਵਾਂਗੇ ਖੁਸ਼ੀ ਵਾਲਾ। ਅਤੇ ਸੱਚ ਜਾਣਿਆ ਜੇ ਜਿੱਦਣ ਆਹ ਦੀਵਾ ਅਸੀਂ ਜਗਾ ਦਿੱਤਾ ਨਾ, ਗੁਰੂ ਖੁਸ਼ ਹੋਵੇਗਾ, ਦਾਤੇ ਦੀ ਕਿਰਪਾ ਹੋਵੇ।